ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬੀ ਰੀਡਰ 6A 2020 ਐਡੀਸ਼ਨ ਲੈਸਨ 14 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਦੇ ਵਿੱਚ ਅਸੀਂ ਹਰਮੰਦਰ ਸਾਹਿਬ ਜੀ ਦੇ ਇਤਿਹਾਸ ਬਾਰੇ ਪੜਾਂਗੇ ਦਾ ਗੋਲਡਨ ਟੈਂਪਲ ਰਿਮੈਂਬਰ ਪਾਠ ਨੰਬਰ 14 ਰੀਡਿੰਗ ਟਾਸਕ ਦਾ ਸਟੈਂਡਰਡ ਕੀ ਹੈ ਸਟੂਡੈਂਟਸ ਆਇਡੈਂਟੀਫਾਈ ਯੂ ਕ੍ਰੋਨੋਲੋਜੀਕਲ ਸੀਕੁਐਂਸ ਇਨ ਐਨ ਆਰਟੀਕਲ ਸੋ ਵੀਲ ਫਿਗਰ ਆਊਟ ਕਿ ਟਾਈਮ ਲਾਈਨ ਕੀ ਹੋਈ ਸੀ ਇਦਾਂ ਦੀ ਠੀਕ ਹੈ And here are some difficult words, maybe, maybe not so hard, and their meanings. Um, so let's look at them. Reeth is a tradition, sambal is care, ni is foundation, sunari, golden. Check the spelling of sunari. <clears throat> we are saying a sound, but we don't write the a sound. So this is the magic of Basi Haha. Sunheri. Sunari. Ruhani is divine, soulful.

ਹਰਮੰਦਰ ਸਾਹਿਬ ਨੂੰ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ ਇਸ ਦਾ ਮਤਲਬ ਹੈ ਸਭ ਤੋਂ ਉੱਚਾ ਦਰਬਾਰ ਜਾਂ ਕੋਰਟ ਹਰਮੰਦਰ ਸਾਹਿਬ ਵਰਗੀ ਹੋਰ ਕੋਈ ਥਾਂ ਇਸ ਦੁਨੀਆ ਵਿੱਚ ਨਹੀਂ ਇਸ ਦਾ ਇਤਿਹਾਸ ਬਹੁਤ ਅਨੋਖਾ ਹੈ ਯੂਨਿਕ ਜਿਸ ਥਾਂ ਤੇ ਹਰਮੰਦਰ ਸਾਹਿਬ ਦੀ ਉਸਾਰੀ ਹੋਈ ਉੱਥੇ ਗੁਰੂ ਨਾਨਕ ਦੇਵ ਜੀ ਨੇ 1512 ਵਿੱਚ ਆਪਣੇ ਚਰਨ ਪਾਏ ਸਨ ਚਰਨ ਪਾਏ ਡਿਵਾਈਨ ਪ੍ਰੈਜ਼ੈਂਸ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ 29 ਦਸੰਬਰ 1588 ਨੂੰ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਜੀ ਕੋਲੋਂ ਰਖਵਾਈ ਸੀ 16 ਸਤਾਰ ਵਿੱਚ ਹਰਿਮੰਦਰ ਸਾਹਿਬ ਦੀ ਉਸਾਰੀ ਪੂਰੀ ਹੋਈ ਗੁਰੂ ਅਰਜਨ ਦੇਵ ਜੀ ਨੇ ਆਦ ਗ੍ਰੰਥ ਦਾ ਪ੍ਰਕਾਸ਼ 16 ਅਗਸਤ 1604 ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ ਬੱਬਾ ਬੁੱਢਾ ਜੀ ਪਹਿਲੇ ਗ੍ਰੰਥੀ ਬਣੇ ਕਿਉਂਕਿ ਉਹਨਾਂ ਨੇ ਆਪਣੇ ਪਹਿਲੇ ਚਾਰ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸਨ ਅਤੇ ਗੁਰੂ ਅਰਜਨ ਦੇਵ ਜੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ ਇੱਥੇ ਰੋਹਾਨੀ ਬਾਣੀ ਦਾ ਸ਼ਬਦ ਕੀਰਤਨ ਹੋਣ ਲੱਗਾ 1606 ਵਿੱਚ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਛੇਵੇਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਜੀ ਨੇ 1606 ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਦੀ ਨੀ ਬਾਬਾ ਬੁੱਢਾ ਜੀ ਕੋਲੋਂ ਰਖਵਾਈ 1609 ਵਿੱਚ ਅਕਾਲ ਤਖਤ ਦੀ ਉਸਾਰੀ ਪੂਰੀ ਹੋਈ ਭਾਈ ਗੁਰਦਾਸ ਜੀ ਨੂੰ ਅਕਾਲ ਤਖਤ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸੰਭੀ ਗੁਰੂ ਹਰਗੋਬਿੰਦ ਜੀ ਇੱਥੋਂ ਹੀ ਸੰਗਤਾਂ ਨੂੰ ਹੁਕਮਨਾਮੇ ਜਾਰੀ ਕਰਦੇ ਆਰਡਰਸ ਔਰ ਪ੍ਰਕਲਮੇਸ਼ਨਸ ਉਹਨਾਂ ਨੇ ਤਾਂ ਹੀ ਮੀਰੀ ਪੀਰੀ ਦੀ ਰੀਤ ਚਲਾਈ ਅਤੇ ਇੱਥੇ ਹੀ ਗੁਰੂ ਹਰਗੋਬਿੰਦ ਜੀ ਨੇ ਸੱਚਾ ਪਾਤਸ਼ਾਹ ਕਾਹ ਜਾਣ ਲੱਗਾ ਅਕਾਲ ਤਖਤ ਸਭ ਤੋਂ ਪਹਿਲਾ ਤਖਤ ਹੈ ਅਤੇ ਇਥੋਂ ਅੱਜ ਵੀ ਸਿੱਖਾਂ ਲਈ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ ਸਿੱਖਾਂ ਦੇ ਚਾਰ ਹੋਰ ਤਖਤ ਵੀ ਹਨ ਐਂਡ ਮੇਕ ਸ਼ੂਰ ਯੂ ਲਰਨ ਦ ਨੇਮਜ਼ ਆਫ ਆਲ ਪੰਜ ਤਖਤ 1635 ਵਿੱਚ ਗੁਰੂ ਹਰਗੋਬਿੰਦ ਜੀ ਚੱਕ ਗੁਰੂ ਛੱਡ ਕੇ ਕੀਰਤਪੁਰ ਸਾਹਿਬ ਚਲੇ ਗਏ ਚੱਕ ਗੁਰੂ ਜਵੇਰ ਅੰਮ੍ਰਿਤਸਰ ਬਿਕੇਮ ਨਾਉ ਉਸ ਵੇਲੇ ਤੋਂ ਹਰਮੰਦਰ ਸਾਹਿਬ ਦੀ ਸੰਭਾਲ ਗੁਰੂ ਹਰਗੋਬਿੰਦ ਜੀ ਦੇ ਰਿਸ਼ਤੇਦਾਰ ਬਾਬਾ ਮਿਹਰਬਾਨ ਜੀ ਅਤੇ ਉਹਨਾਂ ਦੇ ਪੁੱਤਰ ਹਰਜੀ ਕਰਨ ਲੱਗੇ ਇਹ ਮਸੰਦ ਸਨ ਕਸਟੋਡੀਅਨਸ ਪਰ 1664 ਵਿੱਚ ਮਸੰਦਾਂ ਨੇ ਨੌਵੇਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਹਰਿਮੰਦਰ ਸਾਹਿਬ ਵਿੱਚ ਆਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ। ਉਹਨਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ। ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਕੋਈ ਸਿੱਖ ਗੁਰੂ ਹਰਿਮੰਦਰ ਸਾਹਿਬ ਨਹੀਂ ਗਏ। ਸੋ ਇਹ ਹੈ ਹਰਿਮੰਦਰ ਸਾਹਿਬ ਦੀ ਹਿਸਟਰੀ। And you can go on Google and read also a little bit more detail. Uh, we have limited space and limited time, so we write shorter by uh, uh, essays. But you can learn more about the detailed history of Ram darsa They, they which only three hundred sixty-two then so ne, and you should be easily able to read this in punch chayment the cut which. Okay. All right. So. um homework ਤੁਸੀਂ ਕਲਾਸ ਵਿੱਚ ਕਰ ਸਕਦੇ ਹੋ ਤੁਸੀਂ ਘਰ ਵੀ ਕਰ ਸਕਦੇ ਹੋ ਡਿਪੈਂਡਿੰਗ ਓਨ ਤੁਹਾਡੇ ਟੀਚਰ ਕੀ ਕਹਿੰਦੇ ਨੇ ਹੋਮਵਰਕ ਕਰਦਾ ਕੰਮ ਇਹਨਾਂ ਪ੍ਰਸ਼ਨਾਂ ਦੇ ਉੱਤਰ ਪੂਰੇ ਵਾਕਾਂ ਵਿੱਚ ਲਿਖੋ ਐਂਡ ਯੂ نو ਕੇ ਵੀ ਤੁਸੀਂ ਪ੍ਰਸ਼ਨ ਦੇ ਵਿੱਚੋਂ ਸ਼ਬਦ ਚੂਜ਼ ਕਰ ਸਕਦੇ ਹੋ ਰਿਮੈਂਬਰ ਯੂ نو ਦ ਸਕਿੱਲ ਫ্রম ਇੰਗਲਿਸ਼ ਆਲਸੋ ਹਰ ਮੰਦਰ ਸਾਹਿਬ ਦਾ ਕੀ ਮਤਲਬ ਹੈ ਹਰ ਮੰਦਰ ਦਾ ਮਤਲਬ ਹੈ ਸੋ ਯੂ ਵਿਲ ਨਾਟ ਯੂਜ਼ ਥਿਸ ਰਾਈਟ ਅਰ ਮੰਦਰ ਹੈ ਹਰੀ ਦਾ ਘਰ ਜਾਂ ਰੱਬ ਦਾ ਘਰ ਰਾਈਟ ਹਰੀ ਦਾ ਮੰਦਰ ਜਾਂ ਰੱਬ ਦਾ ਘਰ ਦਰਬਾਰ ਸਾਹਿਬ ਦਾ ਕੀ ਮਤਲਬ ਹੈ ਦਰਬਾਰ ਸਾਹਿਬ ਦਾ ਮਤਲਬ ਹੈ ਸਭ ਤੋਂ ਉੱਚਾ ਦਰਬਾਰ ਠੀਕ ਹੈ ਸੋ ਇਸ ਤਰ੍ਹਾਂ ਕਰਕੇ ਤੁਸੀਂ ਸਾਰੇ ਪ੍ਰਸ਼ਨਾਂ ਦੇ ਜਵਾਬ ਲਿਖੋਗੇ ਹਰ ਮੰਦਰ ਸਾਹਿਬ ਵਿੱਚ ਕਿਹੜੀਆਂ ਦੋ ਗੱਲਾਂ ਵੱਖਰੀਆਂ ਜਾਂ ਅਨੋਖੀਆਂ ਹਨ ਲੈਟਸ ਸੀ ਹੇਅਰ ਲੈਟ ਮੀ ਗੋਟ ਥਿਸ ਆਊਟ ਸੋ ਇਹਦੇ ਵਿੱਚ ਕੀ ਗੱਲਾਂ ਅਨੋਖੀਆਂ ਹਨ ਕਿ ਇਦਾਂ ਦੀ ਨੀ ਜੀ ਸੀ ਉਹ ਸਾਈ ਮੀਆਂ ਮਿਰਜੀ ਕੋਲ ਰਖਵਾਈ ਗਈ রাইਟ ਤੇ ਇਸ ਥਾਂ ਦੇ ਉੱਤੇ ਅਮ ਗੁਰੂ ਨਾਨਕ ਸਾਹਿਬ ਨੇ ਆਪਣੇ ਚਰਨ ਪਾਏ ਅਮ ਤੇ ਇਸ ਥਾਂ ਦੇ ਉੱਤੇ ਪਹਿਲਾ ਪ੍ਰਕਾਸ਼ ਕੀਤਾ ਗਿਆ ਠੀਕ ਹੈ ਸੋ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਗੱਲ ਲਿਖ ਸਕਦੇ ਹੋ ਹਰ ਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ ਹਰ ਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਸਨ ਅਕਾਲ ਤਖਤ ਕਿਸ ਨੇ ਬਣਵਾਇਆ ਅਕਾਲ ਤਖਤ ਗੁਰੂ ਹਰਗੋਬਿੰਦ ਜੀ ਨੇ ਬਣਾਇਆ ਅਕਾਲ ਤਖਤ ਬਾਰੇ ਕਿਹੜੀਆਂ ਦੋ ਗੱਲਾਂ ਅਨੋਖੀਆਂ ਹਨ ਅਕਾਲ ਤਖਤ ਤੁਸੀਂ ਕਹਿ ਸਕਦੇ ਹੋ ਕਿ ਇਹ ਹਰ ਮੰਦਰ ਸਾਹਿਬ ਦੇ ਸਾਹਮਣੇ ਬਣਿਆ ਹੋਇਆ ਹੈ ਤੇ ਇਹ ਸਭ ਤੋਂ ਪਹਿਲਾ ਤਖਤ ਸੀ ਤੇ ਇੱਥੋਂ ਗੁਰੂ ਜੀ ਹੁਕਮਨਾਮੇ ਜਾਰੀ ਕਰਦੇ ਸੀ ਇੱਥੇ ਹੀ ਮੀਰੀ ਪੀਰੀ ਦੀ ਜੀਤ ਚੱਲੀ ਠੀਕ ਹੈ ਸੋ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਗੱਲਾਂ ਲਿਖ ਸਕਦੇ ਹੋ ਅਕਾਲ ਤਖਤ ਦੀ ਨਹੀਂ ਕਿਸ ਨੇ ਰੱਖੀ ਅਕਾਲ ਤਖਤ ਦੀ ਬਾਬਾ ਬੁੱਢਾ ਜੀ ਨੇ ਰੱਖੀ ਰਾਈਟ ਸੋ ਤੁਸੀਂ ਬੈਕ ਜਾ ਕੇ ਪੜ ਸਕਦੇ ਹੋ ਅ ਮੰਗਲਵਾਰ ਕਰਦਾ ਕੰਮ ਇਹ ਤਾਂ ਸ਼ਬਦਾਂ ਨੂੰ ਉਹਨਾਂ ਦੇ ਮਤਲਬ ਨਾਲ ਜੋੜੋ ਸੋ ਇਹ ਮਤਲਬ ਤੁਸੀਂ ਸ਼ਬਦ ਤੁਸੀਂ ਪੜੇ ਨੇ ਇਹਨਾਂ ਦੇ मीनिंग ਨੇ ਤੁਸੀਂ ਜੋੜੋਗੇ ਤੇ ਅ ਬੁੱਧਵਾਰ ਕਰਦਾ ਕਮੈਂ ਇਹਨਾਂ ਦੇ ਵਾਕਾਂ ਦੇ ਹਿੱਸਿਆਂ ਨੂੰ ਤੁਸੀਂ ਆਪਸ ਦੇ ਵਿੱਚ ਜੋੜੋਗੇ ਸੋ ਹਰ ਮੰਦਰ ਸਾਹਿਬ ਦਾ ਮਤਲਬ ਹੈ ਰੱਬ ਦਾ ਮੰਦਰ ਜਾਂ ਘਰ ਸੋ ਇਸ ਤਰ੍ਹਾਂ ਕਰਕੇ ਤੁਸੀਂ ਜੋੜੋਗੇ ਠੀਕ ਹੈ ਕਾਪੀ ਗੁਰਮੁਖੀ ਨੰਬਰਸ ਐਂਡ ਪੰਜਾਬੀ ਵਰਡਸ ਔਨ ਦ ਟੇਬਲ ਹਿਅਰ ਸਮ ਨੰਬਰ ਵਰਡਸ ਕੈਨ ਬੀ ਰਿਟਨ ਇਨ ਡਿਫਰੈਂਟ ਵੇਸ ਦੇ ਆਲ ਮੀਨ ਦ ਸੇਮ ਫਾਰ ਐਗਜ਼ਾਮਪਲ ਇਕਾਟ ਔਰ ਇਕਾਟ Bot or bot. So you can write either way. I personally write them in a simpler way if I can. Um, so you can write whichever way you want to take You can put parry, haha, or not. um it won't make any difference in the meaning theek hai veer var kar da kam timer set karo e lekh padho kinne minute lagge tanu theek hai so that's the lesson for today and it wasn't too hard but it was interesting theek hai so i will see you in the next lesson very soon until then vaheguru ji ka khalsa vaheguru ji ki fateh